ਅਸੀਂ ਕਹਿੰਦੇ ਹਾਂ ਜੀ ਸਕਸੈਸ ਜਾਂ ਸਕਸੈਸਫੁਲ ਲਾਈਫ ਉਹ ਹੀ ਹੈ ਜਿਹਦੇ ਵਿੱਚ ਕਿਸੇ ਨੇ ਖੂਬ ਪੈਸਾ ਬਣਾਇਆ ਜਾਂ ਕਿਸੇ ਨੇ ਖੂਬ ਸ਼ੋਹਰਤ ਪਾਈ। ਇਹ ਅਸੀਂ ਇਸ ਰੇਸ ਦੇ ਵਿੱਚ ਜਦੋਂ ਪਏ ਆ ਤਾਂ ਅਸੀਂ ਉਸੇ ਪਾਸੇ ਤੁਰਪੇ ਤੇ ਅਸੀਂ ਕਦੇ ਵੀ ਰੁਕ ਕੇ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦੇ ਕਿ ਅਸੀਂ ਉਹ ਪੈਸਾ ਕਮਾਉਂਦੇ ਕਮਾਉਂਦੇ ਹਾਰਡ ਵਰਕ ਕਰਦੇ ਕਰਦੇ ਬਾਕੀ ਕੀ ਖੋ ਰਹੇ ਆ ਉਹ ਕੰਫਰਟ ਦੇ ਵਿੱਚ ਸਾਡੀ ਕਦੇ ਵੀ ਗਰੋਥ ਨਹੀਂ ਹੁੰਦੀ ਅਨਕੰਫਰਟ ਜ਼ੋਨ ਚੋਂ ਨਿਕਲਣਾ ਹਮੇਸ਼ਾ ਔਖਾ ਹੁੰਦਾ ਔਖਾ ਹੁੰਦਾ ਪਰ ਔਖੇ ਹੋਇਆ ਹੀ ਲਾਈਫ ਹੈ ਜਿਹੜੀ ਔਰ ਫਰਫਿਲਿੰਗ ਹੋ ਸਕਦੀ ਹੈ ਐਂਡ THEN ਦ ਥਰਡ ਵਨ ਇਜ਼ ਸਰਵਿਸ ਕਿ ਤੁਸੀਂ ਲੋਕ ਸੇਵਾ ਆਪਣੀ ਲਾਈਫ ਟਾਈਮ ਦੇ ਵਿੱਚ ਕਿਵੇਂ ਕਰ ਸਕਦੇ ਹਾਂ ਸੋ ਇਹ ਜਿਹੜੀਆਂ 8 categories ਨੇ ਜੇ ਇਹਨਾਂ ਨੂੰ ਅਸੀਂ ਇਨ੍ਹਾਂ ਦੇ ਵਿੱਚ ਬੈਲੈਂਸ ਕ੍ਰੀਏਟ ਕਰ ਲਈਏ ਸੋ that we are kind of at a level of satisfaction in each one ਸੋ ਜੀਐਸਸੀ ਆਪਣੇ ਆਪ ਦੇ ਵਾਸਤੇ ਡਿਫਾਈਨ ਕਰਨਾ ਹੋਵੇ ਕਿ ਮੇਰੇ ਲਈ ਸਕਸੈਸ ਕੀ ਹੈ ਕਿਵੇਂ ਡਿਫਾਈਨ मेरे नाल दवेंद्र मान प्रोग्राम ਦੇ ਵਿੱਚ ਖਾਸ ਤੌਰ ਤੇ ਸ਼ਾਮਲ ਹੋ ਰਹੇ ਨੇ ਜਿਹੜੇ ਟ੍ਰਾਂਸਫਰਮੇਸ਼ਨਲ ਲਾਈਫ ਕੋਚ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਦਵਿੰਦਰ ਅੱਜਕਲ ਆਪਣੇ ਇੱਕ ਬੁੱਕ ਵੀ ਲਿਖ ਰਹੇ ਨੇ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਸੋ ਬਹੁਤ ਸਾਰੀਆਂ ਬਹੁਤ ਦਿਲਚਸਪ ਗੱਲਾਂ ਬਾਤਾਂ ਅੱਜ ਦੇ ਸ਼ੋਅ ਦੇ ਵਿੱਚ ਕਰਾਂਗੇ ਦਵਿੰਦਰ ਮਾਨ ਦਾ ਸਵਾਗਤ ਕਰਦੇ ਆ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਦ ਸ਼ੋ ਸਤਿ ਸ਼੍ਰੀ ਅਕਾਲ ਜਸਮਿਨ ਥੈਂਕ ਯੂ ਸੋ ਮਾਚ ਫॉर हैविंग मी ਥੈਂਕ ਯੂ ਦਵਿੰਦਰ ਜੀ ਥੈਂਕ ਯੂ ਆਨ ਵਾਸਤੇ ਤੇ ਜਿਹੜਾ ਅੱਜ ਦਾ ਟਾਪਿਕ ਹੈ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਆਪਾਂ ਕਾਮਯਾਬੀ ਦੀ ਗੱਲ ਕਰਦੇ ਆ ਜਦੋਂ ਆਪਾਂ ਸਕਸੈਸ ਦੀ ਗੱਲ ਕਰਦੇ ਆ ਹਰ ਇਨਸਾਨ ਵਾਸਤੇ ਇਹਦੇ ਮਾਇਨੇ ਡਿਫਰੈਂਟ ਹੈ ਹਰ ਇਨਸਾਨ ਲਈ ਉਹ ਪੱਧਰ ਡਿਫਰੈਂਟ ਹੈ ਕਿ ਉਹਦੇ ਲਈ ਸਕਸੈਸ ਕੀ ਹੈਗੀ ਹੈ ਹੈਨਾ ਸੋ ਬੜਾ ਔਖਾ ਹੋ ਜਾਂਦਾ ਉਸ ਸਮੇਂ ਇਸ ਚੀਜ਼ ਨੂੰ ਡਿਫਾਈਨ ਕਰਨਾ ਸੋ ਐਜ਼ ਅ ਲਾਈਫ ਕੋਚ ਤੁਸੀਂ ਕੀ ਸਮਝਦੇ ਹੋ ਕਿ ਵਾਟ ਆਰ ਦਾ ਮੈਟ੍ਰਿਕਸ ਆਫ ਸਕਸੈਸ ਸਕਸੈਸ ਜਿਹੜਾ ਹੈਗਾ ਇੱਕ ਬੜਾ ਸਬਜੈਕਟਿਵ ਐਕਸਪੀਰੀਅੰਸ ਹੈ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਕੀ ਹੁੰਦੀ ਸਕਸੈਸ ਕੀ ਹੈਗੀ ਹੈ ਕਾਮਯਾਬ ਹੋਣਾ ਕੀ ਹੁੰਦਾ ਫਰਸਟ ਆਫ ਆਲ ਬੜਾ ਇੰਪੋਰਟੈਂਟ ਟਾਪਿਕ ਆ ਥੈਂਕ ਯੂ ਫੋਰ ਚੂজিং 댓 ਜਿਵੇਂ ਤੁਸੀਂ ਆਲਰੇਡੀ ਬੜੇ ਸੁਚੇਜ ਜਟੰਗ ਨਾਲ ਐਕਸਪਲੇਨ ਕੀਤਾ ਕਿ ਸਕਸੈਸ ਜਿਹੜੀ ਉਹ ਹਰ ਇਨਸਾਨ ਲਈ ਡਿਫਰੈਂਟ ਹੋ ਸਕਦੀ ਹੈ ਪਰ ਸਭ ਤੋਂ ਪਹਿਲਾਂ ਸਾਡਾ ਇਹ ਜਾਣਨਾ ਜ਼ਰੂਰੀ ਹੈ ਸੋ ਜੇ ਅਸੀਂ ਆਕਸਫੋਰਡ ਡਿਕਸ਼ਨਰੀ ਦੇ ਵਿੱਚ ਵਰਡ ਸਕਸੈਸ ਦੇਖੀ ਤਾਂ ਉਹ ਕਿਹਾ ਜਾਂਦਾ ਕਿ that is the accomplishment of an aim or purpose ਸੋ ਆਪਣਾ ਮਕਸਦ ਜਾਂ ਆਪਣਾ ਨਿਸ਼ਾਨ ਪੂਰਾ ਕਰ ਲੈਣਾ ਉਹਨੂੰ ਸਕਸੈਸ ਕਹਿੰਦੇ ਆ ਸੋ ਉਸ ਹਿਸਾਬ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਹਰ ਇਨਸਾਨ ਲਈ ਉਹ ਸਕਸੈਸ ਡਿਫਰੈਂਟ ਹੈ ਪਰ ਐਸ ਐਸ ਸੁਸਾਇਟੀ ਓਵਰ ਟਾਈਮ ਅਸੀਂ ਸਕਸੈਸ ਨੂੰ ਇੱਕ ਡੈਫੀਨੇਸ਼ਨ ਦੇ ਚੁੱਕੇ ਹਾਂ ਅਸੀਂ ਕਹਿੰਦੇ ਹਾਂ ਜੀ ਸਕਸੈਸ ਜਾਂ ਸਕਸੈਸਫੁਲ ਲਾਈਫ ਉਹ ਹੀ ਹੈ ਜਿਹਦੇ ਵਿੱਚ ਕਿਸੇ ਨੇ ਖੂਬ ਪੈਸਾ ਬਣਾਇਆ ਜਾਂ ਕਿਸੇ ਨੇ ਖੂਬ ਸ਼ੋਹਰਤ ਪਾਈ ਸਦੀਆਂ ਤੋਂ ਇਹ ਮਾਡਲ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਤੇ ਬਚਪਨ ਤੋਂ ਹੀ ਇਹ ਸਾਡੇ ਦਿਮਾਗ 'ਚ ਭਰਿਆ ਜਾਂਦਾ ਹੈ ਜਦੋਂ ਪਰਿਆ ਜਾਂਦਾ ਅਸੀਂ ਬਿਨਾ ਸੋਚੇ ਸਮਝੇ ਉਹਦੇ ਪਰਸੂਟ ਦੇ ਵਿੱਚ ਚੱਲ ਪੈਨੇ ਆ ਸਾਨੂੰ ਬੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਤੇ ਸਾਨੂੰ ਵੀ ਇਹੀ ਸਿਖਾਇਆ ਜਾਂਦਾ ਕਿ ਆਹ ਕੈਰੀਅਰ ਚੂਜ਼ ਕਰੋ ਕਿਉਂਕਿ ਇਹਦੇ ਵਿੱਚ ਪੈਸਾ ਬੜਾ ਬਣਦਾ ਇਹਦੇ ਵਿੱਚ ਨਾਮ ਬੜਾ ਬਣਦਾ ਸੋ ਅਸੀਂ ਆਪਣੇ ਅੰਦਰ ਚਾਤੀ ਮਾਰੇ ਬਿਨਾ ਸੁਸਾਇਟੀ ਦੇ ਸਟੈਂਡਰਡ ਦੇ ਹਿਸਾਬ ਨਾਲ ਲੋਕਾਂ ਨੂੰ ਪਲੀਜ਼ ਕਰਨ ਲਈ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਸਕਸੈਸਫੁਲ ਦਿਖਾਉਣ ਲਈ ਲਾਈਫ ਦੇ ਵਿੱਚ ਡਿਸੀਜਨਸ ਬਣਉਂਦੇ ਜਾਂਦੇ ਆ। ਬਣਉਂਦੇ ਹੀ ਜਾਂਦੇ ਆ। ਇਨਫੈਕਟ देयर वाज ਅ ਸਰਵੇਅ ਥੈਟ ਸੈਡ 92% ਆਫ ਦ ਪੀਪਲ 92 yeah, 92% ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਆ ਕਿ ਸਕਸੈਸਫੁਲ ਬੰਦਾ ਜਾਂ ਸਕਸੈਸਫੁਲ ਲਾਈਫ ਉਹੀ ਹੈ ਜਿਹਦੇ ਚ ਕਿਸੇ ਨੇ ਬਹੁਤ ਪੈਸਾ ਕਮਾਇਆ ਜਾਂ ਕਿਸੇ ਨੇ ਬਹੁਤ ਸ਼ੋਹਰਤ ਪਾਈ। ਸੀ ਨਾਓ ਔਨ ਦਾ ਕੰਟਰੀ ਅਸੀਂ ਇਨਸਾਨ ਇੱਕ ਦੂਸਰੇ ਦੇ ਐਕਸਪੀਰੀਅੰਸ ਤੋਂ ਸਿੱਖਦੇ ਆ ਸੋ ਐਕਸਪੀਰੀਅੰਸ ਤੇ ਰਿਸਰਚ ਅਗੇਨ ਸਾਨੂੰ ਇਹ ਵੀ ਦੱਸਦੀ ਹੈ ਕਿ ਇਹ ਬਹੁਤ ਗਲਤ ਡੈਫੀਨੇਸ਼ਨ ਹੈ ਓਕੇ ਕਿਉਂਕਿ ਅਸੀਂ ਇਹ ਡੈਫੀਨੇਸ਼ਨ ਨੂੰ ਲੈ ਕੇ ਇਸ ਦੌੜ ਚ ਪਏ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦੇ ਰਹੇ ਨੇ ਅਸੀਂ ਕਹਿੰਦੇ ਆ ਜੀ ਆ ਹੁਣ ਮੈਂ ਡਿਗਰੀ ਲੈ ਲਈ ਹੁਣ ਮੈਨੂੰ ਆ ਜੌਬ ਮਿਲ ਗਈ ਹੁਣ ਮੈਂ ਬਹੁਤ ਖੁਸ਼ ਹਾਂ ਉਹ ਮਿਲਣ ਤੋਂ ਬਾਅਦ ਅਸੀਂ ਕੋਈ ਡਿਫਰੈਂਟ ਨਹੀਂ ਮਹਿਸੂਸ ਕਰਦੇ ਫਿਰ ਅਸੀਂ ਕਹਿੰਦੇ ਆ ਮੇਬੀ ਹੁਣ ਮੈਂ ਵੱਡਾ ਘਰ ਬਣਾ ਲਾਂ ਜਾਂ ਮੈਂ ਹੁਣ ਨਵੀਂ ਕਾਰ ਲੈ ਸੋ ਵੀ ਆਰ ਕੰਟੀਨਿਊਸਲੀ ਚੇਸਿੰਗ ਦ ਰੋਂਗ ਡੈਫੀਨੇਸ਼ਨ ਆਫ ਸਕਸੈਸ ਐਕਚੁਅਲੀ ਇਨ ਫੈਕਟ ਬੜੀ ਇੰਟਰਸਟਿੰਗ ਬੁੱਕ ਇੱਕ ਨਰਸ ਨੇ ਲਿਖੀ ਸੀ ਆਊਟ ਆਫ ਆਸਟ੍ਰੇਲੀਆ ਸ਼ੀ ਇਜ਼ ਅ ਪੈਲੇਟਿਵ ਕੇਅਰ ਨਰਸ ਸੋ ਜਿਹੜੇ yes uh, patients mm. apni life te akhir le pal ate se si. ha end of life so ohne unna kolon puchya bi five regrets mm. i thought that was very powerful mm. kyonki jadon ik bande ne apni life chon li te oh last pal te odon ohne life nu kiven mehsoos kita yes. that is important so mm. ode vich jede ohna ne panch cheezan dassiyan mm. oh main tuhanu share karna chahni ha sure. mm. so sab to pehla ode ch si ke kaash mere vich enni himmat hundi ke main ਆਪਣੇ ਆਪ ਲਈ ਚਾਹੁੰਦਾ ਮੈਂ ਉਹ ਲਾਈਫ ਚ ਕਰਦਾ ਜੋ ਮੇਰੇ ਲਈ ਜ਼ਰੂਰੀ ਸੀ so in other words a very authentic life a life that's aligned as you said okay. that um, matches our values and who we were meant to be ਫਿਰ ਉਹਨਾਂ ਨੇ ਕਿਹਾ ਸੈਕਿੰਡ ਰਿਗਰਟ ਸੀ ਕਿ ਆਈ ਵਿਸ਼ ਆਈ ਹੈਡਨਟ ਵਰਕਡ ਸੋ ਹਾਰਡ so ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਆ ਵੀ ਪੈਸੇ ਨੂੰ ਸੋਸਾਇਟੀ ਬਹੁਤ ਇੰਪੋਰਟੈਂਸ ਦਿੰਦੀ ਹੈ ਐਂਡ ਇਸ ਚੀਜ਼ ਨੂੰ ਆਪਾਂ ਕੌਂਟਰਡਿਕ ਨਹੀਂ ਕਰ ਸਕਦੇ ਇਹ ਸਚਾਈ ਹੈ ਕਿ ਇਸ ਲਾਈਫ ਤੇ ਵਿੱਚ ਕੰਫਰਟੇਬਲ ਲਾਈਫ ਚ 온ਲੀ ਫ੍ਰੀ ਲਾਈਫ ਚ 온ਲੀ ਤੁਹਾਨੂੰ ਪੈਸਾ ਜ਼ਰੂਰੀ ਹੈ ਪੈਸਾ ਕਮਾਉਣ ਲਈ ਤੁਹਾਨੂੰ ਕੰਮ ਵੀ ਕਰਨਾ ਪੈਂਦਾ ਪਰ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਲੱਗੇ ਕਿ ਕਿੰਨਾ ਕੁ ਪੈਸਾ ਸਾਨੂੰ ਚਾਹੀਦਾ ਕਿ ਅਸੀਂ ਇਸ ਰੇਸ ਦੇ ਵਿੱਚ ਜਦੋਂ ਪਏ ਆ ਤਾਂ ਅਸੀਂ ਉਸੇ ਪਾਸੇ ਦੁਰਪੇ ਤੇ ਅਸੀਂ ਕਦੇ ਵੀ ਰੁਕ ਕੇ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦੇ ਕਿ ਅਸੀਂ ਉਹ ਪੈਸਾ ਕਮਾਉਂਦੇ ਕਮਾਉਂਦੇ ਹਾਰਡ ਵਰਕ ਕਰਦੇ ਕਰਦੇ ਬਾਕੀ ਕੀ ਖੋ ਰਹੇ ਆ ਜਿਹੜਾ ਕਿ ਐਟ ਸਮ ਪੁਆਇੰਟ ਇਨ ਲਾਈਫ ਵੀ ਊਡ ਲੁੱਕ ਬੈਕ ਤੇ ਅਸੀਂ ਉਸ ਚੀਜ਼ ਤੇ ਪਛਤਾਵਾਂਗੇ ਸੋ ਉਹ ਬਹੁਤ ਜ਼ਰੂਰੀ ਹੋ ਜਾਂਦਾ ਥਰਡਲੀ ਉਹ ਕਹਿੰਦੇ ਆ ਵੀ ਮੇਰੇ ਜੋ ਅੰਦਰ ਮੇਰੀਆਂ ਫੀਲਿੰਗਸ ਸੀ ਮੈਂ ਜੋ ਕਿਸੇ ਲਈ ਮਹਿਸੂਸ ਕਰਦਾ ਸੀ ਬੱਚਿਆਂ ਲਈ ਆਪਣੇ ਸਪਾਊਸ ਲਈ ਆਪਣੇ ਪੇਰੈਂਟਸ ਲਈ ਕਾਸ਼ ਮੈਂ ਉਹ ਐਕਸਪ੍ਰੈਸ ਕਰ ਸਕਦਾ ਕਿਉਂਕਿ ਕਿੰਨੀ ਵਾਰ ਆਪਾਂ ਬਹੁਤ ਕੁਝ ਸੋਚਦੇ ਆ ਪਰ ਉਹ ਕਨਵਰਸੇਸ਼ਨਸ ਡਿਫਿਕਲਟ ਹੁੰਦੀਆਂ ਨੇ ਸਚਾਈ ਬੋਲਣੀ ਸਚਾਈ ਸ਼ੇਅਰ ਕਰਨੇ ਕਈ ਵਾਰੀ ਅਸੀਂ ਆਪਣੀਆਂ ਇਨਸਿਕਿਉਰिटीज ਜਾਂ ਆਪਣੇ ਖਬਰਾਂਟ ਚੋਂ ਡਰ ਕੇ ਸ਼ੇਅਰ ਨਹੀਂ ਕਰਦੇ ਸੋ ਦ ਫੋਰਥ ਵਨ ਦੇ ਸੈਡ ਇਜ਼ ਆਈ ਵਿਸ਼ ਆਈ ਹੈਡ ਸਟੇਡ ਇਨ ਟੱਚ ਵਿਦ ਮਾਈ ਫਰੈਂਡਸ ওকে ਤੇ ਐ ਵੀ ਹੈਗਾ ਕਿਉਂਕਿ ਅਸੀਂ ਆਪਣੇ ਆਪ ਲਈ ਆਪਣੀ ਫੈਮਲੀ ਲਈ ਯਾ ਅਗੇਨ ਸੋਸਾਇਟੀ ਦੀ ਬਣਾਈ ਹੋਈ ਡੈਫੀਨੀਸ਼ਨ ਨੂੰ ਚੇਸ ਕਰਦੇ ਕਰਦੇ ਅਸੀਂ ਭੁੱਲ ਜਾਂਦੇ ਆ ਕਿ ਸਾਡੇ ਵੈਲਿਊਜ਼ ਕੀ ਨੇ ਉਹ ਲੋਕ ਕੌਣ ਨੇ ਕੌਣ ਨੇ ਜਿਨ੍ਹਾਂ ਦੀ ਸਾਡੀ ਲਾਈਫ ਦੇ ਵਿੱਚ ਬੜਾ ਵਧੀਆ ਐਕਸਪੀਰੀਅੰਸ ਐਡ ਕੀਤਾ ਅਸੀਂ ਉਹਨਾਂ ਨਾਲ ਕਦੇ ਵੀ ਫੋਨ ਕਾਲ ਜਾਂ ਚਿੱਠੀ ਜਾਂ ਮੀਟਿੰਗ ਨਹੀਂ ਕਰਦੇ ਐਂਡ ਦੈਨ ਅਮ ਦ ਫਿਫਥ ਵਨ ਆਈ ਥੋਟ ਵਾਸ ਵੈਰੀ ਇੰਪੋਰਟੈਂਟ ਆਈ ਵਿਸ਼ ਆਈ ਲੈਟ ਮਾਈਸੈਲਫ ਬੀ ਹੈਪੀਅਰ ਐ ਆਈ ਥਿੰਕ ਆਪਾ ਆਪਾਂ ਇਕੱਲੇ ਨਹੀਂ ਮੈਂ ਦੇਖਿਆ ਸਾਰੇ ਕਲਚਰਸ ਦੇ ਵਿੱਚ ਹੀ ਇੱਕ ਮਿਸਕਨਸੈਪਸ਼ਨ ਹੈ ਵੀ ਜੇ ਕੋਈ ਚੰਗੀ ਗੱਲ ਹੁੰਦੀ ਆ ਤਾਂ ਖੁਸ਼ ਨਾ ਹੋਵੋ ਅੱਛਾ ਆ ਹੱਸਿਓ ਨਾ ਕੱਲ ਨੂੰ ਰੋਣਾ ਪੈ ਜਾਓ ਇਹ ਅਕਸਰੀ ਸਾਡੇ ਕਲਚਰ ਚ ਵੀ ਤੇ ਹੋਰਾਂ ਕਲਚਰਸ ਦੇ ਵਿੱਚ ਵੀ ਇੱਕ ਫੀਅਰ ਆਫ ਬੀਇੰਗ ਹੈਪੀ ਜ਼ਿਆਦਾ ਖੁਸ਼ੀ ਨਾ ਕਰੋ ਜ਼ਿਆਦਾ ਖੁਸ਼ੀ ਨਾ ਪਰ the truth is ke life ne apne raftaar te chalna je ajj khushi aa mm. ta let yourself be happy khush ho loos mm. cheezde kyuke je kal nu dukh hona ta o ta hona hi yeah. aa ajj de ajj de sukh te kal de dukh aapa so, yeah, exactly. da aapas ch koi nahi keh sakde vi hun dukhi na hovon kyuke o ta apne aap hi hona apne aap hi yeah, hona yes, yes. so those things i thought were very yeah. um, empowering yes. to wake up uh, within us mm. ke apan bina soche samjhe life nu uh, ਨਾ ਉਸ ਰੇਸ ਦੇ ਵਿੱਚ ਪਾਈਏ ਯੈਸ ਪੈਸਾ ਬਹੁਤ ਹੀ ਜ਼ਰੂਰੀ ਹੈ ਪਰ ਰਿਸਪੈਕਟਡ ਢੰਗ ਨਾਲ ਰਿਸਪੈਕਟਫੁਲ ਵੇ ਦੇ ਨਾਲ ਅਰਨਡ ਪੈਸਾ ਜ਼ਰੂਰੀ ਹੈ ਪਰ ਕੱਲਾ ਪੈਸਾ ਜਿਵੇਂ ਤੁਸੀਂ ਕਿਹਾ ਕਈ ਲੋਕਾਂ ਲਈ ਹੋ ਸਕਦਾ ਉਹ ਕਹਿਣ ਮੇਰੇ ਕੋ ਪੈਸਾ ਹੋਵੇ ਤਾਂ ਮੈਂ ਮੇਰੀ ਲਾਈਫ ਸਕਸੈਸਫੁਲ ਹੈ ਪਰ ਇਹ ਵੀ ਦੇਖਿਆ ਜਾਂਦਾ ਕਿ ਬਹੁਤ ਲੋਕ ਮਲਟੀ ਮਿਲੀਅਨਰ ਹੁੰਦੇ ਨੇ ਪਰ ਐਟ ਦੀ ਐਂਡ ਦੇ ਆਰ ਨਾਟ ਹੈਪੀ ਜਾਂ ਕਈ ਲੋਕਾਂ ਦੇ ਰਿਸ਼ਤੇ ਬੜੇ ਵਧੀਆ ਹੁੰਦੇ ਨੇ ਪਰ ਉਹਨਾਂ ਦੀ ਹੈਲਥ ਨਹੀਂ ਹੁੰਦੀ। ਸੋ ਇਨ ਅ ਨੱਟਸ਼ੈਲ ਆਈ ਥਿੰਕ ਵੈਨ ਵੀ ਐਕਸਪਲੋਰ ਸਕਸੈਸ ਜਿਨੂਸੀ ਕਾਮਯਾਬ ਜ਼ਿੰਦਗੀ ਕਹਿੰਨੇ ਆ ਉਹ ਇੱਕ ਬੈਲੈਂਸਡ ਲਾਈਫ ਹੈ। ਅੰਤਵਿੰਦਰ ਜੀ ਤੁਸੀਂ ਪੈਸੇ ਦੀ ਗੱਲ ਕੀਤੀ। ਤੁਸੀਂ ਕਿਹਾ ਕਿ ਪੈਸਾ ਜ਼ਰੂਰੀ ਵੀ ਹੈ। ਪਰ ਸੋਸਾਇਟੀ ਨੇ ਇੱਕ ਗਲਤ ਡੈਫੀਨੇਸ਼ਨ ਬਣਾਤੀ ਸਾਡੇ ਲਈ ਕਿ ਜੇ ਪੈਸਾ ਤੇ ਸ਼ੋਹਰਤ ਹੈ ਫਿਰ ਤੁਸੀਂ ਕਾਮਯਾਬ ਹੋ। ਇਹਦੇ ਬਾਰੇ ਸਾਨੂੰ ਦੱਸੋ ਵੀ ਹੁਣ ਬਹੁਤ ਸਾਰੇ ਲੋਕਾਂ ਲਈ ਪੈਸਾ ਹੋਣਾ ਹੀ ਕਾਮਯਾਬੀ ਹੈ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇੱਕ ਐਸੀ ਸਾਡਾ ਕੈਰੀਅਰ ਬਹੁਤ ਵਧੀਆ ਸਾਡੇ ਕੋਲ ਪੈਸਾ ਹੈਗਾ ਅਸੀਂ ਕਾਮਯਾਬਾਂ ਪਰ ਕੀ ਵਾਕਈ ਪੈਸਾ ਤੇ ਸ਼ੋਹਰਤ ਕਾਮਯਾਬੀ ਹੈਗੀ ਹੈ ਤੇ ਇਹਦੇ ਨਾਲ ਖੁਸ਼ੀ ਆਉਂਦੀ ਹੈ ਦੇਖੋ ਆਪਾਂ ਸਿਰਫ ਜਿਹੜੇ ਆਪਣੇ ਤੋਂ ਪਹਿਲਾਂ ਇਸ ਜ਼ਿੰਦਗੀ ਨੂੰ ਹੰਡਾ ਚੁੱਕੇ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਦ ਫਾਈਵ ਰਿਗਰਟਸ ਆਫ ਦੋਸ ਨੀਅਰਿੰਗ ਡੈਥ ਉਹਨਾਂ ਦੇ ਐਕਸਪੀਰੀਅੰਸ 'ਤੇ ਆਪਾਂ ਬੇਸ ਕਰ ਸਕਦੇ ਹਾਂ ਕਿਉਂਕਿ ਅਨਫੋਰਚਨਟਲੀ ਸੋਸਾਇਟੀ ਦੇ ਵਿੱਚ ਆਪਾਂ ਸਾਰੇ ਨਾ ਮਾਸਕ ਪਾ ਕੇ ਤੁਰੇ ਫਿਰਦੇ ਆਪਾਂ ਈਗੋ ਦਾ ਮਾਸਕ ਪਾ ਕੇ ਰੱਖਦੇ ਆਂ ਜੇ ਆਪਾਂ ਕਹਿੰਦੇ ਆ ਉਹ ਤੇਰੇ ਕੋਲ ਬੜਾ ਪੈਸਾ ਉਹ ਕਹਿੰਦਾ ਹਾਂ ਮੇਰੇ ਕੋਲ ਤਾਂ ਬੜਾ ਪੈਸਾ ਮੈਂ ਬੜਾ ਪਰ ਉਹਦੇ ਅੰਦਰ ਕੀ ਹੈ ਉਹ ਕੀ ਮਹਿਸੂਸ ਕਰ ਰਹੇ ਨੇ ਉਹ ਸਿਰਫ ਉਹਨਾਂ ਨੂੰ ਹੀ ਪਤਾ ਸੋ ਜਿਹੜੀ ਰਿਸਰਚ ਆ ਉਹ ਇਨ ਅ ਵੇ ਇਸ ਸੋ ਪਾਵਰਫੁਲ ਕਿਉਂਕਿ ਉਹ ਬਿਨਾ ਈਗੋ ਤੋਂ ਜੋ ਇਨਸਾਨ ਅਸਲੀਅਤ ਆਪਣੇ ਅੰਦਰ ਮਹਿਸੂਸ ਕਰਦਾ ਤੇ ਸੋਚਦਾ ਉਹ ਉਸ ਉਸ ਮੋਮੈਂਟਸ ਦੇ ਉਹ ਕੈਪਚਰ ਕਰਦੀ ਹੈ ਰਿਸਰਚ ਜੀ ਸੋ ਅਕੋਰਡਿੰਗ ਟੂ ਥੈਟ ਐਂਡ ਬਹੁਤ ਵਾਰੀ ਮੈਨੂੰ ਯਾਦ ਆ ਵੀ ਮੇਰੇ ਤੇ ਬੜਾ ਇੰਪੈਕਟ ਹੋਇਆ ਸੀ ਇੱਕ ਗ੍ਰੀਕ ਸ਼ਿਪਿੰਗ ਆਈਕਨ ਸੀ ਬਿਲੀਅਨਰ ਤੇ ਉਹਦੀ ਡੈਥ ਹੋ ਗਈ ਤੇ ਉਹਦੀ ਇੱਕੋ ਇੱਕ ਬੇਟੀ ਸੀ ਆਮ ਆਈ ਵਾਸ ਯੰਗ ਗ੍ਰੋਇੰਗ ਅਪ ਤੇ magazines ਦੇ ਵਿੱਚ ਉਹ ਲੜਕੀ ਦੀ ਫੋਟੋ ਆਈ ਥਿੰਕ ਸ਼ੀ ਵਾਸ 18 19 ਤੇ ਉਹ ਆਪਣੇ ਟੱਬ ਦੇ ਵਿੱਚ ਡੈਥ ਹੋ ਗਈ ਉਹਦੀ ਹੋ ਗਈ ਆਮ Sania, they owe the net worth o, so really billions which si, mm -hmm. But she had no family, she had no friends, she had no one. Mm -hmm. So Mary Liu very impactful, si, ke yes, money is very important, like we said. It mm -hmm. you know brings us comfort and all that other all the other things that we seek, but it is not the only thing mm -hmm. in life. So I, I'm sure some people will not agree with this. Mm -hmm. ਪਰ ਆਈ ਡੂ ਥਿੰਕ ਕਿ ਜਿਹੜੀ ਲਾਈਫ ਨੂੰ ਅਸੀਂ ਅਸਲੀ ਮੈਨੇਜ ਸਕਸੈਸਫੁਲ ਕਹਿ ਸਕਦੇ ਹਾਂ ਉਹ ਬੈਲੈਂਸਡ ਲਾਈਫ ਹੈ ਜਿਹਦੇ ਵਿੱਚ ਬੜੀਆਂ ਹੋਰ ਗੱਲਾਂ ਪੈਸੇ ਦੇ ਨਾਲ-ਨਾਲ ਤੇ ਕੈਰੀਅਰ ਦੇ ਨਾਲ-ਨਾਲ ਹੁੰਦੀਆਂ ਨੇ ਸੋ ਸਾਡੇ ਜਿਹੜਾ ਲਾਈਫ ਕੋਚਿੰਗ ਦਾ ਕੋਰਸ ਹੈ ਜਿਹੜਾ ਕਿ ਮੈਂ 59 ইয়ার্স ਆਫ ਏਜ ਤੇ ਜਾ ਕੇ ਕੰਪਲੀਟ ਕੀਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇੱਕ ਦਿੱਤਾ ਜਾਂਦਾ ਉਹਨੂੰ ਕਹਿੰਦੇ ਆ ਦ ਵੀਲ ਆਫ ਲਾਈਫ ਦ ਵੀਲ ਆਫ ਲਾਈਫ ਦ ਵੀਲ ਆਫ ਲਾਈਫ ਸੋ ਜਦੋਂ ਅਸੀਂ ਕਿਸੇ ਆ ਆਪਣੇ ਕਲਾਇੰਟ ਨਾਲ ਗੱਲ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਆ ਕਿ ਆ ਸਾਡੇ ਇਹ ਮੇਰੇ ਲਈ ਤੁਸੀਂ ਫਿਲ ਕਰੋ ਸੋ ਉਹਦੇ ਵਿੱਚ 1 ਤੋਂ 10 ਈਚ ਕੈਟਾਗਰੀ ਦੇ ਵਿੱਚ ਕਰਨਾ ਕਿ ਤੁਹਾਡੇ ਸੈਟੀਸਫੈਕਸ਼ਨ ਲੈਵਲ ਕੀ ਹੈ ਸੋ ਅੱਠ ਕੈਟਾਗਰੀਸ ਨੇ ਜਿਹੜੀਆਂ ਉਹ ਲਾਈਫ ਦੇ ਡਿਫਰੈਂਟ ਐਸਪੈਕਟਸ ਨੇ ਜਿਹੜੇ ਸਾਨੂੰ ਫਰਫਿਲਮੈਂਟ ਦਿੰਦੇ ਆ So, if somebody can create a balance in those, mm. that is considered to be a fully lived, mm. fulfilled life. Mm -hmm. Now, by the same token, a Canadian writer Robin okay. Sharma, mm. spiritual um, self-growth motivational mm. leader, unani mm. recently book uh, likia mm. the wealth money cannot buy. Okay. ਇੰਟਰਸਟਿੰਗਲੀ ਉਹਨਾਂ ਨੇ ਵੀ 8 ਕੈਟਾਗਰੀਸ ਬਣਾਈਆਂ ਨੇ ਸੋ ਇਫ ਇਫ ਯੂ ਗਿਵ ਮੀ ਪਰਮਿਸ਼ਨ ਆਪਾਂ ਕੁਇਕਲੀ ਉਹ ਕੈਟਾਗਰੀਸ ਦੇ ਦੇਖ ਲੈਨੇ ਕੀ ਹੈ ਸੋ ਇੱਕ ਤਾਂ ਮਨੀ ਹੋਗੀ ਇੱਕ ਤਾਂ ਵੈਲਥ ਹੋਗੀ ਤੇ ਆਪਾਂ ਕਿਹਾ ਵੀ ਬੜੇ ਰਿਸਪੈਕਟਫੁਲ ਵੇ ਦੇ ਵਿੱਚ ਅਰਨ ਕੀਤੀ ਮਨੀ ਖੁਸ਼ੀ ਨੇਚਰਲੀ ਸਾਨੂੰ ਦਿੰਦੀ ਹੈ ਕੰਫਰਟਸ ਦਿੰਦੀ ਹੈ ਅਸੀਂ ਆਪਣੇ ਆਪ ਨੂੰ ਆਪਣੇ ਲਵਡ ਵਨਸ ਨੂੰ ਦੇ ਸਕਦੇ ਆ ਕੰਫਰਟਸ ਜਿਹੜੇ ਅਸੀਂ ਚਾਹੁੰਦੇ ਆ ਸੋ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਗਰੋਥ ਐਂਡ ਨਾਊ दैट ਪਰਸਨਲ ਗਰੋਥ ਐਂਡ ਟੂ ਮੀ ਪਰਸਨਲੀ ਦਸ ਹੂਜ ਬਿਕਾਉਜ਼ ਆਮ ਅ ਲਾਈਫ ਕੋਚ ਸੋ ਆਈ ਸੀ ਦੈਟ ਏਵਰੀ ਡੇ ਕਿ ਅਸੀਂ ਕੀ ਕਰਦੇ ਆ ਕਿ ਅਸੀਂ ਲਾਈਫ ਦੇ ਵਿੱਚ ਸਕੂਲ ਜਾਂਦੇ ਆ ਅਸੀਂ ਆਪਣਾ ਕਰੀਅਰ ਬਣਾ ਲਿਆ ਉਹ ਤੋਂ ਬਾਅਦ ਅਸੀਂ ਲਿਟਰਲੀ ਆਪਣੇ ਮਾਈਂਡ ਨੂੰ ਸ਼ਟ ਆਫ ਕਰ ਦਿੰਦੇ ਆ ਜੋ ਸਾਡੇ ਬੀਲੀਵਸ ਨੇ ਜੋ ਸਾਡੀਆਂ ਥਾਟਸ ਨੇ ਜੋ ਸਾਡੇ ਗੋਲਸ ਨੇ ਜੋ ਵੇ ਆਫ ਲਾਈਫ ਅਸੀਂ ਸਿੱਖਿਆ ਅਸੀਂ ਕਹਿੰਦੇ ਬਸ ਆਈ ਜੁਆਇਨ ਦਾ ਸੋ ਉਹਦੇ ਨਾਲ ਅਸੀਂ ਕੰਫਰਟੇਬਲ ਲਾਈਫ ਕ੍ਰੀਏਟ ਕਰ ਲੈਂਦੇ ਆ ਉਹ ਕੰਫਰਟ ਦੇ ਵਿੱਚ ਸਾਡੀ ਕਦੇ ਵੀ ਗਰੋਥ ਨਹੀਂ ਹੁੰਦੀ ਅਨ ਕੰਫਰਟ ਜ਼ੋਨ ਚੋਂ ਨਿਕਲਣਾ ਹਮੇਸ਼ਾ ਔਖਾ ਹੁੰਦਾ ਔਖਾ ਹੁੰਦਾ ਪਰ ਔਖੇ ਹੋਇਆ ਹੀ ਲਾਈਫ ਹੈ ਜਿਹੜੀ ਔਰ ਫੁਲਫਿਲਿੰਗ ਹੋ ਸਕਦੀ ਹੈ ਰਾਈਟ ਜੇ ਅਸੀਂ ਆਪਣੇ ਆਪ ਲਈ ਕੋਈ ਗੋਲ ਸੈੱਟ ਕਰਦੇ ਆ ਜਿਹੜਾ ਸਾਡੇ ਕੰਫਰਟ ਤੋਂ ਬਾਹਰ ਹੈ ਤੇ ਅਸੀਂ ਉਹ ਗੋਲ ਨੂੰ ਅਚੀਵ ਕਰ ਲੈਂਦੇ ਆ ਉਹ ਜਿਹੜੀ ਖੁਸ਼ੀ ਹੈ hm that is unmeasurable okay and i see that every single day je hmm. mai mainu koi kave bhi mai 20 pound weight lose karna jadon koi banda 20 pound weight lose karda ohnu ohni khushi nahi hundi jinni ke oh every day jutti paake walk le janda ya gym janda te oh process nu enjoy karda te scale te khadda te oda bhar adha pound kat gaya okay <laughs> wow the joy yeah. of that right yeah. because it's process mm -hmm. so assi ka ke karde ha ki assi perfection nu dekhte rehne ha ke hun ta time nahi mere kol na time ha na mere mm -hmm. kol money aa keda mm -hmm. gym di de fee deuga main do saal tak apna mera 20 pound parvat ha main kataungi mm -hmm. but what if assi oh bade goal nu chote goals de vich divide okay. kariye mm -hmm. te assi ke ye bhi main ta na holi holi karke apni physical ਫਿਟਨੈਸ ਨੂੰ ਠੀਕ ਕਰਨਾ ਸੋ ਅਸੀਂ ਜਿਮ ਜਾਣਾ ਸ਼ੁਰੂ ਕਰਦੇ ਜਾਂ ਅਸੀਂ ਵਾਕ ਲਈ ਜਾਣਾ ਸ਼ੁਰੂ ਕਰਦੇ ਤੇ ਅਸੀਂ ਦੇਖੀਏ ਹੌਲੀ ਹੌਲੀ ਸਾਡਾ ਭਾਰ ਜਿਹੜਾ ਉਹ ਕੱਟ ਰਿਹਾ ਉਹ ਹਰ ਰੋਜ਼ ਹੀ ਸਾਡੇ ਅੰਦਰ ਇੰਨੀ ਖੁਸ਼ੀ ਇੰਨੀ ਫਰਫਿਲਮੈਂਟ ਕ੍ਰੀਏਟ ਕਰਦਾ that it's literally unbelievable it's sure. something that we need to give hmm. ਆਰਸੈਲਫਸ ਸੋ ਉਹ ਗਰੋਥ ਦੇ ਵਿੱਚ ਵਿੱਚ ਫਿਰ ਕੀ ਹੁੰਦਾ ਅਸੀਂ ਇੱਕ ਤਾਂ ਸਾਡੇ ਜਿਹੜੇ ਆਊਟਵਰਡਲੀ ਗੋਲਸ ਨੇ ਕਿ ਅਸੀਂ ਅੱਜ ਮੇ ਵੀ ਇੱਕ ਜੌਬ ਕਰ ਰਹੇ ਹਾਂ ਕੱਲ ਨੂੰ ਅਸੀਂ ਆ ਤਿੰਨ ਚਾਰ ਸਟੈਪ ਪ੍ਰੋਮੋਸ਼ਨਸ ਲੈ ਕੇ ਇੱਥੇ ਪਹੁੰਚਣਾ ਉਹ ਤਾਂ ਸਾਡੇ ਆਊਟਵਰਡ ਗੋਲ ਹੋ ਗਏ ਵਾਟ ਅਬਾਊਟ ਯਰ ਇਨਵਰਡ ਗੋਲਸ you need to grow as an individual so ki to si apne aap liye goal set kar lo ke har roz main aaj nalon better human being banna mm hai -hmm. maybe main ਮੇਰੇ ਜਪੀਸ਼ ਪੇਸ਼ੈਂਸ ਵਧ ਹੋਵੇ ਜਾਂ ਮੇਰੇ ਕੌਨਫੀਡੈਂਸ ਵਧ ਹੋਵੇ ਜਾਂ ਮੈਂ ਆਪਣੇ ਐਕਸਪੀਰੀਐਂਸਸ ਨੂੰ ਇੰਜੋਏ ਕਰਾਂ ਨਵੇਂ ਐਕਸਪੀਰੀਐਂਸਸ ਕ੍ਰੀਏਟ ਕਰਾਂ ਕਿਉਂਕਿ ਲਾਈਫ ਇਜ਼ ਨਾਥਿੰਗ ਬਟ ਐਕਸਪੀਰੀਐਂਸਸ ਸੋ ਜਿਵੇਂ ਐਕਸਪੀਰੀਐਂਸ ਕਰਨਾ ਹੀ ਛੱਡਤਾ ਸੀ ਆਪਣੀ ਉਸੇ ਰੂਟੀਨ ਚ ਘਰੇ ਬੈਠੇ ਰਹੇ ਤਾਂ ਸਾਨੂੰ ਖੁਸ਼ੀ ਤਾਂ ਫਿਰ ਤਾਂ ਅਸੀਂ ਯੂ نو ਬੱਚੇ ਹੋ ਗਏ ਫਿਰ ਹੁਣ ਗ੍ਰੈਂਡਕਿਡਸ ਹੋ ਗਏ ਫਿਰ ਕਹਿੰਦੇ ਹੁਣ ਤਾਂ ਜੀ ਚਲੋ ਮੌਤ ਨੂੰ ਉਡੀਕਦੇ ਆਂ ਹੁੰਦਾ ਲਾਈਫ ਖਤਮ ਹੈ ਹੁੰਦਾ ਲਾਈਫ ਖਤਮ ਹੈ ਮੈਂ ਵੀ ਕਈ ਇਸ ਤਰ੍ਹਾਂ اسپੈਸ਼ਲੀ ਲੇਡੀਆਂ ਨੂੰ ਦੇਖਿਆ ਵੀ ਔਨ ਆਵੀ ਚੱਲਿਆ ਗਿਆ ਔਵੀ ਚ ਮੇਰੀ ਮੌਤ ਹੀ ਨਹੀਂ ਆਉਂਦੀ ਓ ਮਾਈ ਗੁੱਡਨੈਸ ਵਾਟ ਅ ਵੇ ਟੂ ਲਿਵ ਲਾਈਫ ਤੁਹਾਨੂੰ ਲਾਈਫ ਪਰਮਾਤਮਾ ਨੇ ਦਿੱਤੀ ਹੈ ਸਗੋਂ ਲਾਸਟ ਮਿੰਟ ਤੱਕ ਤੁਸੀਂ ਕੀ ਕੀ ਐਕਸਪੀਰੀਅੰਸ ਕਰ ਸਕਦੇ ਹੋ ਤੁਸੀਂ ਕਿਵੇਂ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਆਪਣੇ ਆਪ ਨੂੰ ਕਿਵੇਂ ਪੈਟਰਨ ਕਰ ਸਕਦੇ ਹੋ ਇਹ ਵੀ ਆਪਾਂ ਦੇਖਿਆ ਕਿ ਲਾਈਫ ਦੇ ਵਿੱਚ ਬਹੁਤ ਲੋਕ ਪੈਸਾ ਵੀ ਕਮਾ ਲੈਂਦੇ ਆ ਮੇਬੀ ਕੈਰੀਅਰਸ ਵੀ ਬੜੇ ਵਧੀਆ ਹੁੰਦੇ ਆ ਪਰ ਉਹ ਜਿਨ੍ਹਾਂ ਨਾਲ ਵਿਚਰਦੇ ਆ ਉਹਨਾਂ ਦੀ ਪਰਸਨੈਲਿਟੀ ਉਹ ਗੁੱਸੇ ਨਾਲ ਭਰੀ ਹੋਈ ਉਹ 네ਗੇਟਿਵਿਟੀ ਨਾਲ ਭਰੀ ਹੋਈ ਉਹ ਉਹਨਾਂ ਦੇ ਅੰਦਰ ਹੀ ਅੰਦਰ ਕੁਝ ਠੀਕ ਨਹੀਂ ਮਹਿਸੂਸ ਕਰ ਰਹੇ ਹੋ ਸੋ that is something we have to work on mm. ਉਹਨੂੰ ਕਹਿੰਦੇ ਵੀ ਵੀ ਹੈਵ ਟੂ ਹੀਲ ਕਿਉਂਕਿ ਅਸੀਂ ਕੀ ਕਹਿੰਦੇ ਆ ਕਿ ਇੱਕ ਸਰਟਨ ਪਰਸਪੈਕਸ਼ਨ ਲਾਈਫ ਦੀ ਹੋ ਗਈ ਕਿ ਲਾਈਫ ਮੈਂ ਪੈਸਾ ਬਣਾਉਣਾ ਪੈਸਾ ਬਣਾਉਣ ਲਈ ਮੈਂ ਜੋ ਵੀ ਕਰਨਾ ਮੈਂ ਸਕਸੈਸਫੁਲ ਹੋਣਾ ਮੈਂ ਸਕਸੈਸਫੁਲ ਹੋਣਾ ਤੇ ਲਾਈਫ ਬੜੀ ਵਧੀਆ ਹੋ ਜਾਣੀ ਬਟ ਦੈਟਸ ਨਾਟ ਦ ਟਰੂਥ ਜੋ ਵੀ ਤੁਸੀਂ ਪਰਸੂ ਕਰਦੇ ਹੋ ਤੁਹਾਨੂੰ ਚੈਲੰਜਸ ਆਉਣੀਆਂ ਚੰਗੇ ਮਾੜੇ ਲੋਕ ਤੁਹਾਡੀ ਲਾਈਫ ਚ ਆਉਣੇ ਆ ਫਿਰ ਜਦੋਂ ਤੁਸੀਂ ਉਹ ਮਾੜੇ ਐਕਸਪੀਰੀਐਂਸਸ ਮਾੜੇ ਲੋਕ ਆਪਣੇ ਪੇਨ ਨੂੰ ਆਪਣੇ ਅੰਦਰ ਹੀ ਅੰਦਰ ਰੱਖਦੇ ਹੋ ਤਾਂ ਉਹਨੂੰ ਕਹਿੰਦੇ ਅਸੀਂ ਰੈਜ਼ੈਂਟਮੈਂਟ ਕਲੈਕਟਰ ਤੁਸੀਂ ਰੈਸੈਂਟਫੁਲ ਹੋ ਜੇ ਤੁਸੀਂ ਜ਼ਿੰਦਗੀ ਨੂੰ ਹੀ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਹੋ ਸੋ ਫਿਰ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਤੁਸੀਂ ਉਹਨਾਂ ਦੇ ਨਾਲ ਹੀ ਬੜੇ ਬੁਰੇ ਢੰਗ ਨਾਲ ਪੇਸ਼ ਆਉਣ ਲੱਗ ਜਾਂਦੇ ਹੋ ਤਾਂ ਦੇਵਿੰਦਰ ਜੀ ਤੁਸੀਂ 8 ਐਸਪੈਕਟਸ ਆਫ ਲਾਈਫ ਦੱਸ ਰਹੇ ਸੀ ਜਿਹੜੇ ਸਕਸੈਸ ਵਾਸਤੇ ਜ਼ਰੂਰੀ ਹੈਗੇ ਆ ਜੇ ਤੁਸੀਂ ਬਰੀਫਲੀ ਉਹਨਾਂ ਨੂੰ ਕੰਪਲੀਟ ਕਰ ਸਕੋ ਯੈਸ ਯੈਸ ਥੈਂਕ ਯੂ ਫਾਰ 댓 ਅਮ ਜਿਹੜੇ 8 ਆਪਾਂ ਗੱਲ ਕਰ ਰਹੇ ਹਾਂ ਜੇ ਉਹਨੂੰ ਕੱਲੇ-ਕੱਲੇ ਨੂੰ ਵਿਸਥਾਰ ਨਾਲ ਦੇਖੀਏ ਆਈ ਥਿੰਕ ਵੀਲ ਨੀਡ ਅ ਲੋਟ ਮੋਰ ਟਾਈਮ ਸੋ ਯੈਸ ਵੀਵ ਟਾਕਟ ਅਬਾਊਟ ਵੈਲਥ ਗ੍ਰੋਥ ਵੈਲਨੈਸ And then next comes connection with mm -hmm. your family and friends. What kind of relationships you have, and the community that you have built around mm -hmm. you, and that includes your, you know, coworkers mm -hmm. and and your friends. Yes. And also then is your craft. Career grow? So you can get the next promotion. ਉਹਦੇ ਚ ਤੁਹਾਨੂੰ ਬੜੀ ਸਕਸੈਸ ਤੇ ਫਰਫਿਲਮੈਂਟ ਮਿਲਦੀ ਆ। ਦੈਨ ਕਮਸ ਐਡਵੈਂਚਰ অর ਨਿਊ ਐਕਸਪੀਰੀਐਂਸਸ, ਟ੍ਰੈਵਲ অর ਇਵਨ ਸਮਥਿੰਗ ਸਮਾਲ ਐਸ ਗੋਇੰਗ ਐਂਡ ਟ੍ਰਾਈੰਗ ਅ ਨਿਊ ਕੱਪ ਆਫ ਕਾਫੀ। ਯਾ ਹਬੀ ਨੂੰ ਪਰਸੂ ਕਰੋ। ਕੁਝ ਵੀ ਨਵਾਂ ਐਕਸਪੀਰੀਐਂਸ ਕਰੋ ਲਾਈਫ ਚ ਬੜੇ ਐਕਸਪੀਰੀਐਂਸਸ ਨੇ। ਐਂਡ ਦੈਨ ਦ ਥਰਡ ਵਨ ਇਜ਼ ਸਰਵਿਸ ਕਿ ਤੁਸੀਂ ਲੋਕ ਸੇਵਾ ਆਪਣੀ ਲਾਈਫ ਟਾਈਮ ਦੇ ਵਿੱਚ ਕਿਵੇਂ ਕਰ ਸਕਦੇ ਆ। ਸੋ ਇਹ ਜਿਹੜੇ eight categories ne hmm. je inna nu assi inna de vich balance create kar liye so that we are kind of at a level of satisfaction in each one hmm. i think that can lead to yes. a fulfilled life yes and then je apna program the shuru jiwein gal kiti si ki har bande layi success de maayne different hage ne mere layi kuch ho raha hai toade layi kuch ho raha hai so je assi apne aap de waste define karna hove ki mere layi success ki hai ki main define ho sakde So that's a very good question and I think the most important bahut zaruri hai ki assi sab to pehla jo society jo sikheya assi onu unlearn kariye onu bhuladie oh bhulange kivein assi je assi apne aap nal time spend karange so assi there's over 8 billion people on earth te je assi dekhiye sade ch ek koi dusre nal nahi milda har ik te different traits ne har ik te different qualities ne ਐਂਡ ਆਈ ਥਿੰਕ ਪਰਮਾਤਮਾ ਨੇ ਲਿਟਰਲੀ ਪਰਪਸਫੁਲੀ ਬਣਾਇਆ ਕਿਉਂਕਿ ਇਹ ਸਾਰੀ ਦੁਨੀਆ ਨੂੰ ਰਨ ਕਰਨ ਲਈ ਸਾਨੂੰ ਅੱਡ ਅੱਡ ਤਰ੍ਹਾਂ ਦੇ ਲੋਕ ਚਾਹੀਦੇ ਆ ਸੋ ਅਸੀਂ ਕੀ ਕਰਦੇ ਹਾਂ ਕਿ ਅਸੀਂ ਦੂਸਰਿਆਂ ਨਾਲ ਕੰਪੇਅਰ ਕਰਕੇ ਆਪਣੇ ਆਪ ਨੂੰ ਦੂਸਰਿਆਂ ਨਾਲ ਕੰਪੀਟ ਕਰਕੇ ਅਸੀਂ ਦੂਸਰੇ ਵਾਂਗੂ ਬਣਨਾ ਚਾਹੁੰਦੇ ਆ ਪਰ ਉਸ ਪ੍ਰੋਸੈਸ ਦੇ ਵਿੱਚ ਅਸੀਂ ਕੀ ਹਾਂ ਅਸੀਂ ਕੌਣ ਹੈ ਉਹ ਅਸੀਂ ਕਦੇ ਵੀ ਡਿਸਕਵਰ ਨਹੀਂ ਕਰਦੇ ਸਮ ਟਾਈਮਸ ਅਨਫੋਰਚਨਟਲੀ ਸਾਡੀ ਸਾਰੀ ਲਾਈਫ ਲੰਘ ਜਾਂਦੀ ਹੈ ਐਂਡ ਵੀ ਟਰਾਈ ਟੂ ਫਿਟ ਇਨ we try to be like everyone mm -hmm. else mm -hmm. the o de nal end of life obviously we feel we've wasted uh, like the first uh, regret yes. was i wish i'd lived mm -hmm. a life that was according to my terms mm -hmm. so terms mm -hmm. ki ne o sanu sirf ta pata lagda je assi apne aap nal time spend karange mm -hmm. so ihi eh main uh, jida life coaching is a big big um uh Popula gaining popularity at this time mm -hmm. to align with yourself so quiet time which meditation plays a big role and we tend to ਓਵਰ ਕੰਪਲਿਕੇਟ ਮੈਡੀਟੇਸ਼ਨ ਸਿਰਫ ਮੈਡੀਟੇਸ਼ਨ ਇਹ ਹੈ ਕਿ ਅਸੀਂ ਆਪਣੇ ਸਾਹ ਦੇ ਨਾਲ ਕਨੈਕਟ ਕਰੀਏ ਤੇ ਜਿਹੜੀ ਸੋਚ ਹੈ ਜਿਹੜਾ ਸਾਡਾ ਦਿਮਾਗ ਹੈ ਜਿਹੜਾ 24 ਘੰਟੇ ਕੁਛ ਨਾ ਕੁਛ ਸਾਨੂੰ ਫੀਡ ਕਰਦਾ ਹੀ ਰਹਿੰਦਾ ਉਹਨੂੰ ਕਵਾਇਟ ਕਰੀਏ ਉਹ ਬੰਦ ਕਦੇ ਵੀ ਨਹੀਂ ਹੁੰਦਾ ਜਿਵੇਂ ਆਪਣਾ ਹਾਰਟ ਕਦੇ ਬੀਟ ਕਰਨਾ ਨਹੀਂ ਹਟਦਾ ਉਹ ਥੌਟਸ ਆਉਂਦੀਆਂ ਰਹਿੰਦੀਆਂ ਪਰ ਉਹ ਥੌਟਸ ਨਾਲ ਉਹ ਡਿਸਕਨੈਕਟ ਕਰਕੇ ਸਾਡੇ ਅੰਦਰ ਜੋ ਹੈ ਸਾਡੇ ਸੁਪਨੇ ਕੀ ਨੇ ਸਾਡੀਆਂ ਕੁਆਲਿਟੀਆਂ ਕੀ ਅਸੀਂ ਕਿਹੜੀ ਚੀਜ਼ ਚੰਗੀ ਤਰ੍ਹਾਂ ਕਰ ਸਕਦੇ ਹਾਂ you know not every lady is a fabulous cook जी. so i could look at somebody who's an amazing cook and say i'm not a good cook hmm. or i could say oh gosh i can sit down and write something really well hmm. and that's something i want to hmm. do so hmm. apni authenticity apa fir dusri so pehli gal hogi ki assi apne aap nu pehchaniye apne aap nal connect hoye apne apna hmm. connect hoye sanu kehdi cheez khushi dindi hai hmm. us cheez te time spend kariye okay. kehde insaan nal baith ke sanu khushi hundi hai ਉਹਦੀ ਨਾਲ ਵੱਧ ਟਾਈਮ ਸਪੈਂਡ ਕਰੀਏ ਕਿਹੜੇ ਇਨਸਾਨ ਨਾਲ ਬੈਠ ਕੇ ਅਸੀਂ ਡਿਪਲੀਟਿਡ ਮਹਿਸੂਸ ਕਰਦੇ ਹਾਂ ਅਸੀਂ ਸਾਨੂੰ ਖੁਸ਼ੀ ਨਹੀਂ ਹੁੰਦੀ ਬਾਉਂਡਰੀ ਸੈਟ ਕਰੀਏ ਕੱਟ ਮਿਲੀਏ ਸਮ ਟਾਈਮਸ ਵੀ ਡੂ ਹੈਵ ਟੂ ਮੀਟ ਪਰ ਕੱਟ ਕਰੀਏ ਸਾਡੇ ਸੁਪਨੇ ਕੀ ਨੇ ਅਸੀਂ ਉਹ ਸਾਕਾਰ ਕਰਨ ਲਈ ਸਾਨੂੰ ਕੀ ਕੀ ਕਰਨਾ ਪੈਣਾ ਕਿਹੜੇ ਕੋਰਸਸ ਲੈਣੇ ਪੈਣੇ ਆ ਕਿਹੜੇ ਐਕਸਪੀਰੀਐਂਸਸ ਲੈਣੇ ਪੈਣੇ ਆ ਸੋ ਜਿੰਨਾ ਅਸੀਂ ਆਪਣੇ ਆਪ ਨਾਲ ਕਨੈਕਟ ਕਰਾਂਗੇ ਓਨਾ ਹੀ ਅਸੀਂ ਆਪਣੀ ਲਾਈਫ ਨੂੰ ਡਿਫਾਈਨ ਕਰ ਲਾਂਗੇ ਜਿਹੜੀ ਸਾਨੂੰ ਆਪਣੇ ਆਪ ਨੂੰ ਅੰਦਰੋਂ ਚੰਗਾ ਮਹਿਸੂਸ ਉਹ ਸਾਨੂੰ ਫਰਫਿਲ ਕਰੂ ਸੋ ਦੈਟ ਜਦੋਂ ਸਾਡੀ ਮੌਤ ਜਿਹੜੀ ਉਹ ਸਾਰਿਆਂ ਦੀ ਇਨਵਿਟੇਬਲ ਹੈ ਤੇ ਜਦੋਂ ਅਸੀਂ ਉਸ ਡੈਥ ਬੈਡ ਤੇ ਪਏ ਹੋਈਏ ਤਾਂ ਸਾਨੂੰ ਮਹਿਸੂਸ ਹੋਵੇ ਕਿ ਅਸੀਂ ਲਾਈਫ ਨੂੰ ਜਸਟਿਸ ਕੀਤਾ ਅਸੀਂ ਲਾਈਫ ਨੂੰ ਬੇਖੂਬੀ ਨਾਲ ਜਿਉਇਆ ਐ ਐਂਡ ਕੋਈ ਰਿਗਰਟ ਨਾ ਹੋਵੇ ਕੋਈ ਰਿਗਰਟ ਨਾ ਹੋਵੇ ਤਮੇਂਦਰ ਜੀ ਇਦਾਂ ਲੱਗ ਰਿਹਾ ਕਿ ਗੱਲਾਂ ਸਵਾਲ ਬਹੁਤ ਜ਼ਿਆਦਾ ਪਏ ਨੇ ਤੇ ਸਮਾਂ ਖਤਮ ਹੋ ਗਿਆ। ਇਹ ਟੌਪਿਕ ਹੀ ਕੁਸ਼ੇਸ ਦਾ ਤਾਂ ਹੈ। ਹਾਂ। ਫਾਈਵ ਰਿਗਰੈਟਸ ਦੀ ਗੱਲ ਕੀਤੀ ਸੀ ਤੁਸੀਂ ਕਿ ਜਦੋਂ ਉਹਨਾਂ ਲੋਕਾਂ ਨੂੰ ਪੁੱਛਿਆ ਗਿਆ ਜਿਹੜੇ ਬਿਲਕੁਲ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਸੀ ਜਿਹੜੇ ਸੱਚ ਮੁੱਚ ਮੌਤ ਨੂੰ ਦੇਖ ਰਹੇ ਸੀ ਉਹਨਾਂ ਨੇ ਦੱਸਿਆ ਕਿ ਪੰਜ ਰਿਗਰੈਟਸ ਨੇ ਉਹਨਾਂ ਨੂੰ ਆਪਣੀ ਲਾਈਫ 'ਚ ਜਿਓ ਰਿਗਰੈਟਸ ਨਾ ਹੋਣ। ਕੱਲ ਨੂੰ ਅਸੀਂ ਵੀ ਉਸ ਸਿਚੁਏਸ਼ਨ ਦੇ ਵਿੱਚ ਜਾਣਾ ਹੈ। ਹਰ ਇੱਕ ਨੇ ਜਾਣਾ। Alright, that's that's a very interesting um, question, and I think the one thing we can do is just look at each. ਕਵੈਸਚਨ ਈਚ ਆਫ ਥੀਸ ਰਿਗ੍ਰੇਟਸ ਐਂਡ ਸੀ ਹਾਊ ਵੀ ਕੈਨ ਟਰਨ ਥੈਮ ਅਰਾਊਂਡ ਸੋ ਪਹਿਲਾ ਸੀਗਾ ਕਿ ਕਾਸ਼ ਮੇਰੇ ਚ ਇਨਰਜ ਹੁੰਦੀ ਕਿ ਮੈਂ ਉਹ ਲਾਈਫ ਜਿਉਂਦੀ ਜਿਉਈ ਹੁੰਦੀ ਜਿਹੜੇ ਮੇਰੇ ਆਪਣੇ ਆਪ ਨਾਲ ਮੇਰੀ ऑਥੈਂਥਿਸਿਟੀ ਨਾਲ ਅਲਾਈਂਡ ਹੈ ਸੋ ਉਹਦੇ ਲਈ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਬਿਕਮ ਯੋਰ ਓਨ ਬੈਸਟ ਫਰੈਂਡ ਗੈਟ ਟੂ ਨੋ ਯੋਰਸੈਲਫ ਤੇ ਉਹਦੇ ਵਿੱਚ ਜਿਹੜੇ ਕੁਝ ਟਿਪਸ ਨੇ ਕਿ ਸੋਲਿਟਿਊਡਸ ਟਾਈਮ ਸਪੈਂਡ ਕਰਨਾ ਜਰਨਲਿੰਗ ਕਟਿੰਗ ਅ ਅੱਜਕੱਲ ਬੜੇ ਲਾਈਫ ਕੋਚਿੰਗ ਚ ਵੀ ਅਸੀਂ ਇਹ ਕਰਦੇ ਹਾਂ ਬਈ ਯੂ ਕੈਨ ਫਾਈਂਡ ਅ ਲਾਟ ਆਫ ਪ੍ਰੋਂਪਟਸ ਲਾਟ ਆਫ ਥੌਟ ਪ੍ਰੋਵੋਕਿੰਗ ਕੁਐਸਚਨਸ ਜਿਹੜੇ ਤੁਹਾਨੂੰ ਜਿਹੜੇ ਆਮ ਜ਼ਿੰਦਗੀ ਚ ਆਪਾਂ ਉਹਨਾਂ ਬਾਰੇ ਸੋਚਦੇ ਹੀ ਨਹੀਂ ਸੋ ਉਹ ਕੁਐਸਚਨ ਡੀਪ ਕੁਐਸਚਨਸ ਆਪਣੇ ਆਪ ਨੂੰ ਪੁੱਛ ਕੇ ਕਿ ਮੇਰੇ ਸੁਪਨੇ ਕੀ ਨੇ ਮੇਰੇ ਮੈਨੂੰ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ ਮੈਂ ਜ਼ਿੰਦਗੀ ਚ ਕੀ ਚਾਹਨਾ ਮੈਂ ਜਦੋਂ ਕੱਲ ਨੂੰ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਲੋਕ ਮੈਨੂੰ ਕਿਵੇਂ ਯਾਦ ਕਰਨ ਮੇਰੀ ਕੀ ਲੈਗਸੀ ਹੈ ਉਹ ਕੁਐਸਚਨ ਆਪਣੇ ਆਪ ਨੂੰ ਪੁੱਛ ਕੇ ਫਿਰ ਅਸੀਂ ਆਪਣੀ ਲਾਈਫ ਨੂੰ ਇੱਕ ਲਾਈਫ ਦਾ ਬਲੂਪ੍ਰਿੰਟ ਕ੍ਰੀਏਟ ਕਰ ਲਈਏ ਫਿਰ ਉਹ ਜਿਹੜੇ ਸਾਡੇ ਗੋਲ ਸੈੱਟ ਹੋ ਜਾਂਦੇ ਨੇ ਉਹਨਾਂ ਗੋਲਸ ਨੂੰ ਇੱਕ ਵੱਡੇ ਗੋਲ ਨਾ ਰੱਖੀਏ ਉਹਨਾਂ ਨੂੰ ਛੋਟੇ-ਛੋਟੇ ਸਟੈਪਸ ਦੇ ਵਿੱਚ ਕਰ ਲਈਏ ਸੋ ਜਿਹੜੇ ਸਮਾਲ ਸਟੈਪਸ ਨੇ ਜਾਂ ਸਮਾਲ ਚੇਂਜ ਏਵਰੀ ਸਿੰਗਲ ਡੇ ਟੂ ਬੀ ਅ ਬੈਟਰ ਵਰਜਨ ਆਫ ਯਰਸੈlf ਏਵਰੀ ਡੇ ਉਹਦੇ ਸਾਨੂੰ ਐਨੀ ਫਰਫਿਲਮੈਂਟ ਮਿਲਦੀ ਆ ਥੈਟ ਥੈਟ ਇਨ ਇਟਸੈlf ਇਜ਼ ਅ ਸਕਸੈਸਫੁਲ ਲਾਈਫ ਫਿਰ ਅਪਰਗੇਨਰ ਵਿਸ਼ਾ ਹੈਡਨਟ ਵਰਕਡ ਸੋ ਹਾਰਡ ਇਹ ਦੇਖੋ ਆਪਾਂ ਆਲਰੇਡੀ ਐਸਟੈਬਲਿਸ਼ ਕੀਤਾ ਕਿ ਮਨੀ ਜ਼ਰੂਰੀ ਹੈ ਪਰ ਕੀ ਅਸੀਂ ਮਨੀ ਪਿੱਛੇ ਇੰਨਾ ਭੱਜ ਰਹੇ ਹਾਂ ਭੱਜ ਰਹੇ ਹਾਂ ਕਿ ਅਸੀਂ ਆਪਣੇ ਰਿਲੇਸ਼ਨਸ ਨੂੰ ਆਪਣੇ ਬੱਚਿਆਂ ਨੂੰ ਆਪਣੇ ਸਪਾਊਸ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਫਰੈਂਡਸ ਨੂੰ ਕੁਆਲਿਟੀ ਟਾਈਮ ਨਹੀਂ ਦੇ ਰਹੇ ਸੋ ਟੂ ਫਾਈਂਡ ਬੈਲੈਂਸ not what wor yes work but also then to find work that gives us fulfillment taku kamna lage what if you found something jida tusi roz karo par tonu mehsoos hi na hove ke tusi kam kareo kyunki oh toade shock da kam a oh tonu khushi dinda fulfillment dinda ਫਿਰ ਹੋ ਗਿਆ ਕਿ ਮੈਂ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕਾਂ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਜਿਵੇਂ ਮੈਂ ਕਿਹਾ ਕਿ ਅਸੀਂ ਲਾਈਫ ਦੇ ਵਿੱਚ ਨੈਗੇਟਿਵ ਚੀਜ਼ਾਂ ਆਪਣੇ ਅੰਦਰ ਅੰਦਰ ਭਰਦੇ ਰਹਿੰਦੇ ਹਾਂ ਉਹਦੇ ਨਾਲ ਸਾਡਾ ਬਿਹੇਵੀਅਰ ਓਵਰ ਟਾਈਮ ਬੜਾ ਰੁੱਖਾ ਜਿਹਾ ਹੋ ਜਾਂਦਾ اسپੈਸ਼ਲੀ ਜਿਨ੍ਹਾਂ ਨੂੰ ਅਸੀਂ ਬੜੇ ਬੜਾ ਪਿਆਰ ਕਰਦੇ ਹਾਂ ਜਿਹੜੇ ਸਾਡੇ ਨੀਅਰ ਡੀਅਰ ਵਾਂਸ ਨੇ ਅਸੀਂ ਆਪਣੀ ਸਟ्रेस ਉਹਨਾਂ ਤੇ ਲਾ ਦਿੰਨੇ ਆ ਇੱਕ ਬੜੀ ਪਰਫਾਉਂਡ ਕੋਟਾ ਕਿ ਹੀਲ ਯੂਰਸੈਲਫ ਸੋ ਯੂ ਡੋਨਟ ਬਲੀਡ ਔਨ ਦਾ ਪੀਪਲ ਹੂ ਡਿਡਨਟ ਕੱਟ ਯੂ विद जखम ਤਾਂ ਤੁਹਾਨੂੰ ਕਿਸੇ ਹੋਰ ਨੇ ਦਿੱਤੇ ਉਹ ساری ਉਮਰ ਤੁਸੀਂ ਆਪਣੇ ਅੰਦਰ ਰੱਖੇ ਤੇ ਹੁਣ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਹੜੇ ਤੁਹਾਡੇ ਨੀਅਰ ਡੀਅਰ ਨੇ ਤੁਸੀਂ ਉਸ ਪਰਸੈਪਸ਼ਨ ਨਾਲ ਉਸ ਐਟੀਟਿਊਡ ਨਾਲ ਉਸ ਸੁਭਾ ਨਾਲ ਉਹਨਾਂ ਨਾਲ ਵਿੱਚ ਅਦੇਉਂ ਐਂਡ ਦੈਟਸ ਨਾਟ ਫੇਅਰ ਇਟਸ ਨਾਟ ਰਾਈਟ ਯਾ ਸੋ ਅਸੀਂ ਆਪਣੇ ਆਪ ਨੂੰ ਹੀਲ ਕਰੀਏ ਹੀਲ ਅਸੀਂ ਕਿਵੇਂ ਕਰਦੇ ਆ ਆਪਣੀ ਪੇਨ ਦੇ ਨਾਲ ਬੈਠ ਕੇ ਫੀਲ ਦ ਪੇਨ ਟੂ ਹੀਲ ਦ ਪੇਨ ਤੁਸੀਂ ਪੇਨ ਨੂੰ ਅੰਦਰ ਬੰਦ ਕਰਕੇ ਨਹੀਂ ਕਹਿ ਸਕਦੇ ਆਬੰਦ ਨੇ ਮੈਨੂੰ ਆਇਆ ਕਿ ਮੈਨੂੰ ਬੜਾ ਦੁੱਖ ਹੋਇਆ ਚਲ ਛੱਡ ਮੈਂ ਅੱਗੇ ਤੋਂ ਕਿਸੇ ਨੂੰ ਬੁਲਾਉਣਾ ਹੀ ਨਹੀਂ ਨੋ ਕਿਉਂ ਮਹਿਸੂਸ ਹੋਇਆ ਉਹਨੇ ਕਿਵੇਂ ਤੁਹਾਨੂੰ ਮਹਿਸੂਸ ਕਰਾਇਆ ਕੀ ਤੁਹਾਡੇ ਅੰਦਰ ਹਰਟ ਹੋਇਆ ਕੀ ਤੁਹਾਡਾ ਲੈਸਨ ਆ ਉਹਦੇ ਤੋਂ ਅੱਗੇ ਤੋਂ ਤੁਸੀਂ ਕਿਵੇਂ ਵਿਚਰਨਾ ਐਂਡ ਦੈਨ ਲੈਟ ਗੋ ਆਫ that ਪੇਨ mm. so that you don't carry it with जी, you ਹੈਨਾ ਫਿਰ ਤੁਸੀਂ ਚੰਗੀਆਂ ਫੀਲਿੰਗਸ ਨਾਲ ਨੂੰ ਪਿਆਰ ਕਰਦੇ ਹੋ ਚੰਗੀ ਤਰ੍ਹਾਂ ਪੇਸ਼ ਆਓ ਚੰਗੇ ਐਕਸਪੀਰੀਐਂਸਸ ਟਾਈਮ ਨਾਲ ਨਾਲ ਚੰਗਾ ਸਪੈਂਡ ਕਰੋ ਆਮ ਆਈ ਵਿਸ਼ ਆਈ ਸਟੇਡ ਇਨ ਟੱਚ ਵਿਦ ਮਾਈ ਫਰੈਂਡਸ Again, balance, mm. Hannah, come, mm. connections, See. community. Mm. So make time for mm. the people that matter. Mm. And again, I think I want to say that we don't need 20 people in our life. We don't need 20 friends in our yes. life. All we need is three to four really good friends. Mm. ਸਮਬਡੀ ਜੇ ਤੁਹਾਨੂੰ ਰਾਤ ਦੇ 12 ਵਜੇ ਲੋੜ ਆ ਤੇ ਤੁਸੀਂ ਫੋਨ ਕਰੋ ਤੇ ਉਹ ਬਿਨਾ ਕੁਐਸਚਨ ਪੁੱਛਿਆ ਤੁਹਾਡੇ ਹੈਲਪ ਲਈ ਆਉਂਦਾ ਦੋਜ਼ ਆਰ ਦਾ ਪੀਪਲ ਥੈਟ ਸ਼ੁੱਡ ਮੈਟਰ ਬਾਕੀ ਹਰ ਇੱਕ ਬੰਦੇ ਦੀ opinion ਆ ਤੁਹਾਨੂੰ ਹਰ ਇੱਕ ਦੀ opinion ਦਾ ਵਾਰੇ ਨਹੀਂ ਸੋਚਣਾ ਚਾਹੀਦਾ ਐਂਡ ਦੈਨ ਆਈ ਵਿਸ਼ ਆਈ ਲੈਟ ਮਾਈ ਸੈਲਫ ਬੀ ਹੈਪੀਅਰ ਲਾਈਫ ਬੜੀ ਛੋਟੀ ਹੈ ਜੇ ਸਾਰਾ ਕੁਝ ਬੈਲੈਂਸ ਹੋਊਗਾ ਤਾਂ ਹੈਪੀ ਹੈਪੀ ਆਪੇ ਇਨਸਾਨ ਹੋ ਜਾਊਗਾ ਮੈਨੂੰ ਲੱਗਦਾ ਹੋ ਜਾਂਦਾ ਪਰ ਆਲਸੋ ਆਈ ਥਿੰਕ ਆਪਾਂ ਨੂੰ ਆਪਣਾ ਪਰਸਪੈਕਟਿਵ ਦੀ ਅਵੇਅਰਨੈਸ ਵੀ ਚਾਹੀਦੀ ਹੈ ਆਈ ਕੈਨ ਲੁੱਕ ਐਟ ਲਾਈਫ ਕਿ ਅੱਜ ਕੋਈ ਮਿਰਕਲ ਹੋਣ ਵਾਲਾ ਔਰ ਆਈ ਕੈਨ ਲੁੱਕ ਐਟ ਲਾਈਫ ਐਂਡ ਸੇ ਪਤਾ ਨਹੀਂ ਕੀ ਹੋ ਜਾਣਾ ਕੋਈ ਮਾੜੀ ਖਬਰ ਹੀ ਨਾ ਆ ਜਾਏ ਹੋਣਾ ਤਾਂ ਉਹ ਹੋਣਾ ਪਰ ਮੇਰਾ ਪਰਸਪੈਕਟਿਵ ਕੀ ਹੈ ਆ ਪਲ ਜੋ ਹੋ ਰਿਹਾ ਮੈਂ ਇਹਦੇ ਲਈ ਫੁੱਲੀ ਪ੍ਰੈਜ਼ੈਂਟ ਹੋਵਾਂ ਆਪਣੇ ਬੱਚਿਆਂ ਨਾਲ ਆਪਣੇ ਲਵਡ ਵਨਸ ਨਾਲ ਆਪਣੀ ਜੌਬ ਦੇ ਨਾਲ ਆਪਣੀ ਐਸ ਮੂਮੈਂਟ ਦੇ ਵਿੱਚ ਫੁੱਲੀ ਪ੍ਰੈਜ਼ੈਂਟ ਹੋ ਕੇ ਖੁਸ਼ ਰਵਾਂ ਕੱਲ ਦਾ ਫਿਕਰ ਨਾ ਕਰਾਂ ਜੋ ਕੱਲ ਹੋਇਆ ਸੀ ਉਹਨੂੰ ਆਪਣੇ ਨਾਲ ਲੈ ਕੇ ਨਾ ਤੁਰੇ ਫਿਰਾਂ and then let myself be happy in this moment mm -hmm. i think very well said mm -hmm. devendra ji ji karda ke tusi boli jao te apa suni jaye <laughs> <laughs> lekin samay ijazat nahi de reha uh, bahut sare hor aise important topics hai ge, je de naal dil karda hai ke tade naal gal kiti jaye te on de dinan de, de vich tade schedule de according zarur onna topics nu no bhi uh, program de vich include karange uh, mm -hmm. mai apne listeners nu no bhi kehna chahundi hai ji tusi kis vishay bare sunna sunna chahunde ho kise vishay bare devendra ji nal gal baat karna chahunde ho tuhanu lagda hai ke e topic ਇੱਕ ਬਾਰੇ ਗੱਲਬਾਤ ਹੋਏ ਤੁਸੀਂ ਮੈਨੂੰ jasmine@redfm.ca ਯਾ ਸ਼ੋ ਦੇ ਪ੍ਰੋਡਿਊਸਰ ਵੰਸ਼ਿਕਾ@redfm.ca ਤੇ ਈਮੇਲ ਕਰਕੇ ਜ਼ਰੂਰ ਦੱਸਿਓ ਕਿਹੜੇ ਟੌਪਿਕਸ ਨੇ ਜਿਨ੍ਹਾਂ ਬਾਰੇ ਤੁਸੀਂ ਦਵਿੰਦਰ ਮਾਨ ਹੋਰਾਂ ਕੋਲੋਂ ਸੁਣਨਾ ਚਾਹੁੰਦੇ ਹੋ ਤਾਂ ਕਿ ਅਸੀਂ ਉਹਨਾਂ ਟੌਪਿਕਸ ਨੂੰ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰ ਸਕੀਏ ਦਵਿੰਦਰ ਜੀ ਤੁਹਾਡਾ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਥੈਂਕ ਯੂ ਸੋ ਮੱਚ ਸੱਚ ਅ ਪਲੇਜ਼ਰ ਆਲਵੇ ਥੈਂਕ ਯੂ ਥੈਂਕ ਯੂ